ਮੈਨੂੰ ਕੱਲ ਦੇ ਯਾਨੀ ਕਿ ਸਭ ਤੋਂ ਵੱਡੇ ਸਰਟੀਫਿਕੇਟ ਜਿਹੜੇ ਮਿਲ ਰਹੇ ਨੇ ਫਿਰ ਬਤਾ ਰਿਹਾ ਕਿਹੜੀ ਗੱਲ ਤੋਂ ਬਤਾ ਰਹਾ ਕਾਂਗਰਸ ਜੁਆਇਨ ਕਰ ਲਈ ਬਾਈ ਕਾਂਗਰਸ ਤਾਂ 1984 ਉਹਨਾਂ ਦੀ ਕਤਲਾਨੀ ਜ਼ਿੰਮੇਵਾਰ ਹੈ ਸਿੱਖ ਕਤਲਿਆਂ ਦੇ ਵਿੱਚ ਉਹ ਉਹਨਾਂ ਦਾ ਹਿੱਸਾ ਹੈ ਸਾਡਾ ਸਿੱਖਾਂ ਦਾ ਕਤਲਿਆਂ ਕੀਤਾ ਕਿਹਨੇ ਨਹੀਂ ਕਿਹੜੇ ਕਿਹੜੇ ਬੰਦੇ ਅੱਜ ਜੋ ਪੰਥਕ ਬਣੇ ਬੈਠੇ ਨੇ ਜੋ ਅੱਜ ਪੰਥਕ ਧਿਰਾਂ ਚਲਾ ਰਹੇ ਨੇ ਕਿ ਉਹਨਾਂ ਨੇ ਸਾਡਾ ਕਤਲਿਆਂ ਨਹੀਂ ਕੀਤਾ ਤਿੰਨ ਵਾਰੀ ਵੋਟਾਂ ਪਾਉਣ ਵਾਲੇ ਕੌਣ ਲੋਕ ਸੀਗੇ ਉਹ ਕਿ ਉਹ ਗਦਾਰ ਸੀ ਐਤਕੀ ਵੀ ਸਰਕਾਰ ਸੀ ਲੋਕਾਂ ਨੇ ਵੋਟਾਂ ਪਾਈਆਂ ਉਹ ਤਾਂ ਕਾਂਗਰਸ ਜੁਆਇਨ ਨਹੀਂ ਸੀ ਕੀਤੀ ਕਾਂਗਰਸ ਜੁਆਇਨ ਕਰੀ ਜੇ ਮੈਂ ਨਾ ਕਰਦਾ ਇੱਕ ਪਾਰਟੀ ਹੈਗੀ ਹੈ ਜੇ ਮੈਂ ਉਹਨਾਂ ਜੁਆਇਨ ਕਰ ਲੈਂਦਾ ਤਾਂ ਤੁਸੀਂ ਉਹਨੂੰ ਕਹਿਣਾ ਸੀ ਉਹ ਤੁਸੀਂ ਬੇਅਦਬੀ ਵਾਲੇ ਨਾਲ ਰਲੇ ਫਿਰਦੇ ਹੋ ਇੱਕ ਪਾਰਟੀ ਨੇ ਹੋਰ ਅਪਰੋਚ ਕਰਿਆ ਸੀ ਉਹਨੂੰ ਉਹਦੇ ਨਾਲ ਜੇ ਕਹਿਣ ਚੱਲਦਾ ਫਿਰ ਤੁਸੀਂ ਕਹਿਣਾ ਸੀ ਕਿਸਾਨਾਂ ਦੀ ਵਿਰੋਧੀ ਹੈ ਕਿਆ ਭਾਅ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਾਈਵ ਹੋਇਆ ਮੈਂ ਅੱਜ ਅਤੇ ਹੋਣਾ ਜ਼ਰੂਰੀ ਵੀ ਸੀ ਐਟ ਦਿਸ ਮੂਮੈਂਟ ਅਤੇ ਕੱਲ੍ਹ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਸ਼ਾਬਾਸ਼ ਮਿਲ ਰਹੀ ਹੈ ਬਹੁਤ ਮੈਨੂੰ ਸਰਟੀਫਿਕੇਟ ਦਿੱਤੇ ਜਾ ਰਹੇ ਨੇ ਅਤੇ ਇੱਧਰੋਂ ਉੱਧਰੋਂ ਬਾਈ ਤੂੰ ਐਂ ਕਰਤਾ ਗਦਾਰੀ ਕਰਤੀ ਫਲਾਨਾ ਕਰਤਾ ਧਮਕਾ ਕਰਤਾ ਲਾਈਵ ਮੈਂ ਹੋਣਾ ਸੀ ਲਾਈਵ ਕੋਈ ਮੈਂ ਕਿਸੇ ਨੂੰ ਸਫਾਈ ਦੇਣ ਵਾਸਤੇ ਜਾਂ ਸਹੀ ਬਣਨ ਵਾਸਤੇ ਸੱਚਾ ਬਣਨ ਵਾਸਤੇ ਜਾਂ ਪੋਚੇ ਮਾਰਨ ਵਾਸਤੇ ਮੈਂ ਲਾਈਵ ਨਹੀਂ ਹੋਇਆ ਮੇਰੇ ਨਾਲ ਥੋੜ੍ਹੇ ਬਹੁਤ ਲੋਕ ਜੁੜੇ ਨੇ ਜਿਨ੍ਹਾਂ ਨੇ ਪਿਆਰ ਕਰਕੇ ਮੈਂ ਇੱਥੇ ਬੈਠਾ ਅਤੇ ਜਿਹੜੇ ਜਿਨ੍ਹਾਂ ਨਾਲ ਮੇਰੇ ਦਿਲੋਂ ਰਿਸ਼ਤਾ ਹੈ ਜਿਹੜੇ ਮੇਰੇ ਨਾਲ ਜੁੜੇ ਹੋਏ ਨੇ ਮੇਰਾ ਇੱਕ ਫਰਜ਼ ਬਣਦਾ ਵੀ ਮੈਂ ਉਹਨਾਂ ਨੂੰ ਜੋ ਜੋ ਉਹਨਾਂ ਦੇ ਕੁਸ਼ਚਨ ਨੇ ਅਤੇ ਉਹਨਾਂ ਨੂੰ ਮੈਂ ਕਲੀਅਰ ਕਰਾਂ ਕਿਉਂਕਿ ਇਹ ਨਹੀਂ ਹੈਗਾ ਵੀ ਮੈਂ ਇਕੱਲਾ ਹੀ ਹਾਂ ਜਾਂ ਮੈਂ ਇਕੱਲਾ ਸਾਰਾ ਕੁਛ ਕਰ ਲਊਂਗਾ ਕਿਉਂਕਿ ਜਿਹੜੇ ਬੰਦੇ ਸ਼ੁਰੂ ਤੋਂ ਮੇਰੇ ਨਾਲ ਨੇ ਉਹਨਾਂ ਦਾ ਉਹਨਾਂ ਨੂੰ ਮੇਰਾ ਇਹ ਕਲੀਅਰ ਜਿਨ੍ਹਾਂ ਨੇ ਮੈਨੂੰ ਹੁਣ ਤੱਕ ਸਪੋਰਟ ਕੀਤਾ ਉਹਨਾਂ ਨੂੰ ਕਲੀਅਰ ਕਰਨਾ ਬਣਦਾ ਸੀ ਵੀ ਇਹ ਕਿਉਂ ਕੀਤਾ ਜਾਂ ਕਿਉਂ ਨਹੀਂ ਕੀਤਾ ਕੱਲ੍ਹ ਦੀਆਂ ਮੈਂ ਤਾਂ ਬੈਟਰਮੈਂਟ ਵਾਸਤੇ ਮੈਂ ਯਾਨੀ ਕਿ ਸੋਚ ਕੇ ਕੀਤਾ ਸੀ ਸਭ ਕੁਛ ਵੀ ਹੈ ਨਾ ਕੁਛ ਚੰਗਾ ਕਰਾਂਗੇ ਹੈ ਨਾ ਬਾਈ ਕਾਂਗਰਸ ਹੀ ਕਿਉਂ ਸਾਰੇ ਜਵਾਬ ਦਿੰਦਾ ਮੇਰੇ ਮੈਂ ਸਾਰੇ ਜਵਾਬ ਦਿੰਦਾ ਇੱਕੋ ਇੱਕ ਗੱਲ ਦਾ ਜਵਾਬ ਦਿਓ ਜਵਾਬ ਦੇਣ ਵਾਸਤੇ ਹੀ ਆਇਆ ਮੈਂ ਕਿਉਂਕਿ ਜੋ ਤੁਸੀਂ ਬੈਠੇ ਹੋ ਉਹਨਾਂ ਨੂੰ ਇਕੱਲੇ ਇਕੱਲੇ ਬੰਦੇ ਨੂੰ ਯਾਨੀ ਕਿ ਮੈਂ ਕੱਲ੍ਹ ਦੀਆਂ ਸੁਣੀ ਰਿਹਾ ਸੀ ਮੈਂ ਦੇਖ ਰਿਹਾ ਸੀ ਵੀ ਕੀ ਪ੍ਰਤੀਕਿਰਿਆ ਹੋ ਰਹੀ ਹੈ ਅਤੇ ਮੈਨੂੰ ਇਸ ਚੀਜ਼ ਦਾ ਪਤਾ ਸੀ ਵੀ ਕੀ ਕੁਛ ਹੋਣਾ ਕੀ ਕੁਛ ਗੱਲਾਂ ਹੋਣੀਆਂ ਕੀ ਕੁਛ ਬੋਲਿਆ ਜਾਊਗਾ ਹੈ ਨਾ ਅਤੇ ਕਿਵੇਂ ਕਿਵੇਂ ਸਾਰੀਆਂ ਚੀਜ਼ਾਂ ਹੋਣਗੀਆਂ ਮੈਨੂੰ ਸਾਰਾ ਕੁਛ ਪਤਾ ਸੀ ਉਸ ਚੀਜ਼ ਬਾਰੇ ਵੀ ਆਹ ਚੀਜ਼ਾਂ ਆਹ ਫੇਸ ਹੋਣਗੇ ਅਤੇ ਮੈਨੂੰ 4 ਸਾਲ ਹੋ ਗਏ ਮੇਰੇ ਕੋਲ ਉਹਨਾਂ ਨੂੰ ਅਤੇ ਮੈਂ ਇਹੀ ਕੁਛ ਹੀ ਦੇਖਿਆ ਲਾਈਫ ਦੇ ਵਿੱਚ ਹੈ ਨਾ ਸਭ ਤੋਂ ਪਹਿਲਾਂ ਮੈਨੂੰ ਕੱਲ੍ਹ ਦੇ ਯਾਨੀ ਕਿ ਸਭ ਤੋਂ ਵੱਡੇ ਸਰਟੀਫਿਕੇਟ ਜਿਹੜੇ ਮਿਲ ਰਹੇ ਨੇ ਤੋਂ ਗਦਾ ਰਿਹਾ ਬਾਈ ਫਲਾਨਾ ਹੈਗਾ ਕਿਹੜੀ ਗੱਲ ਤੋਂ ਗਦਾਰਾਂ ਬਾਈ ਕਾਂਗਰਸ ਜੁਆਇਨ ਕਰ ਲਈ ਬਾਈ ਕਾਂਗਰਸ ਤਾਂ 1984 ਉਹਨਾਂ ਦੀ ਕਤਲਾਨੀ ਜ਼ਿੰਮੇਵਾਰ ਹੈ ਸਿੱਖ ਕਤਲਿਆਂ ਦੇ ਵਿੱਚ ਉਹ ਉਹਨਾਂ ਦਾ ਹਿੱਸਾ ਰਿਹਾ ਪਹਿਲੀ ਗੱਲ ਮੈਂ ਪੁੱਛਣਾ ਚਾਹੁੰਦਾ ਸ਼ਾਇਦ ਜੇ ਕਿਸੇ ਮੇਰੇ ਵੀਰ ਨੇ ਧਿਆਨ ਨਾਲ ਪੜ੍ਹਿਆ ਹੋਵੇ ਸਾਡਾ ਸਿੱਖਾਂ ਦਾ ਕਤਲਿਆਂ ਕੀਤਾ ਕਿਹਨੇ ਨਹੀਂ ਕਿਹੜੇ ਕਿਹੜੇ ਬੰਦੇ ਅੱਜ ਜੋ ਪੰਥਕ ਬਣੇ ਬੈਠੇ ਨੇ ਜੋ ਅੱਜ ਪੰਥਕ ਧਿਰਾਂ ਚਲਾ ਰਹੇ ਨੇ ਕਿ ਉਹਨਾਂ ਨੇ ਸਾਡਾ ਕਤਲਿਆਂ ਨਹੀਂ ਕੀਤਾ ਠੀਕ ਹੈ ਚਲੋ ਇਹ ਜੋ ਚੀਜ਼ ਗਲਤ ਹੈ ਦੇਖੋ ਆਲਵੇਜ਼ ਮੈਂ ਗਲਤ ਠੋਕ ਕੇ ਕਹੀ ਹੈ ਵੀ ਇਹ ਗਲਤ ਹੈ ਅਤੇ ਅੱਗੇ ਵੀ ਕਹੂੰਗਾ ਇੰਨੀ ਕੁ ਮੇਰੇ 'ਚ ਹਿੰਮਤ ਹੈਗੀ ਹੈ ਠੀਕ ਹੈ ਇੰਨਾ ਕੁ ਤੁਹਾਨੂੰ ਮੇਰਾ ਵੀ ਪਤਾ ਵੀ ਮੈਂ ਕਿਹੋ ਜਿਹੀ ਬਿਰਤੀ ਦਾ ਆਦਮੀ ਹਾਂ ਠੀਕ ਹੈ ਨਾ ਜੋ ਗਲਤ ਸੀ ਉਹ ਗਲਤ ਹੈ ਅੱਜ ਵੀ ਗਲਤ ਹੈ ਅਤੇ ਕੱਲ੍ਹ ਨੂੰ ਵੀ ਗਲਤ ਰਹੋ ਠੀਕ ਹੈ ਜੇ ਕੱਲ੍ਹ ਨੂੰ ਵੀ ਕੁਛ ਮੇਰੇ ਨਾਲ ਦੇ ਕੁਛ ਗਲਤ ਕਰਨਗੇ ਤਾਂ ਮੈਂ ਉਹਨਾਂ ਨੂੰ ਵੀ ਠੋਕ ਕੇ ਕਹੂੰਗਾ ਵੀ ਇਹ ਗਲਤ ਹੈ ਠੀਕ ਹੈ ਅਤੇ ਇਸ ਚੀਜ਼ ਦੇ ਵਿੱਚ ਮੇਰਾ ਸਾਥ ਨਹੀਂ ਹੈਗਾ ਕਿ ਜਿਹੜੇ ਅੱਜ ਪੰਥਕ ਬਣੇ ਫਿਰਦੇ ਆ ਕਿ ਉਹਨਾਂ ਨੇ 84 ਦੇ ਕਤਲਿਆਂ ਦੇ ਵਿੱਚ ਉਹਨਾਂ ਦਾ ਹਿੱਸਾ ਨਹੀਂ ਹੈਗਾ ਅਤੇ ਦੂਜੀ ਗੱਲ ਤੁਸੀਂ ਇਹ ਕਹਿ ਰਹੇ ਹੋ ਵੀ 1984 ਦਾ ਕਤਲੇਆਮ ਹੋ ਗਿਆ ਜੀ ਫਲਾਨਾ ਹੋ ਗਿਆ ਤੂੰ ਭੁੱਲ ਗਿਆ ਤੂੰ ਗਦਾਰੀ ਕੀਤੀ ਮੈਂ ਤਾਂ ਪਾਰਟੀ ਕੱਲ੍ਹ ਜੁਆਇਨ ਕੀਤੀ ਹੈ ਵੀਰੇ 21 ਕੱਲ੍ਹ ਕਿੰਨੀ ਤਰੀਕ ਸੀਗੀ ਅਤੇ ਮੈਂ ਤਾਂ ਕੱਲ੍ਹ ਪਾਰਟੀ ਜੁਆਇਨ ਕਰੀ ਹੈ ਵੀਰੇ 2021 ਦੇ ਵਿੱਚ ਆ ਕੇ 1984 ਤੋਂ ਬਾਅਦ 3 ਵਾਰੀ ਸਰਕਾਰ ਬਣ ਗਈ ਕਾਂਗਰਸ ਦੀ ਅਤੇ 3 ਵਾਰੀ ਸਰਕਾਰ ਬਣਾਉਣ ਵਾਲੇ ਉਹ ਗਦਾਰ ਨੇ ਜਾਂ ਮੈਂ ਗਦਾਰ ਹਾਂ ਇਹ ਗੱਲ ਦੱਸੋ ਮੈਨੂੰ ਪ੍ਰੋਪੋਗੰਡਾ ਨਾ ਕਰਿਆ ਕਰੋ ਮੇਰਾ ਵੀਰ ਠੀਕ ਹੈ ਜੇ ਚੀਜ਼ਾਂ ਤੁਹਾਡੇ 'ਤੇ ਆਉਣ ਲੱਗੀਆਂ ਠੀਕ ਹੈ ਅੱਜ ਕੱਲ੍ਹ ਆਪਾਂ ਇਹ ਸੋਚਦੇ ਹਾਂ ਵੀ ਫਲਾਨੇ ਨਾਲ ਗੱਲ ਕਰੀਏ ਯਾਰ ਉਹਨੂੰ ਹੈ ਨਾ ਮੈਨੂੰ ਪਤਾ ਮੇਰੇ ਬਾਰੇ ਤਾਂ ਪੁਆਇੰਟ ਚਾਹੀਦਾ ਹੁੰਦਾ ਸਾਰਿਆਂ ਨੂੰ ਇੱਕ ਵੀ ਜੇ ਮੈਂ ਕੁਛ ਕਰ ਲਿਆ ਤਾਂ ਵੀ ਇਹਨੇ ਕਿਉਂ ਕਰਿਆ ਹੈ ਨਾ ਸੋ ਮੈਂ ਤਾਂ ਛੋਟੇ ਛੋਟੇ ਕੁਐਸਚਨ ਪੁੱਛਣੇ ਨੇ ਜੇ ਤੁਹਾਨੂੰ ਠੀਕ ਲੱਗੇ
है ना, तो मैं उस चीज़ों का जवाब दो है ना। तीन बारी वोटा पाने वाले कौन लोग सके, वो कि योगदार से ऐतकी भी सरकार से लोगों ने वोटा पाइं, वो तो मैं कांग्रेस ज्वाइन नहीं की, ना मैं वोटा पाइं, ना मेरी साढ़े तीन जने वोटा वो सरकार बनी, तो वह कौन लोग से यार। दोहरा स्टैंडर्ड ना लेके चलिया करो मेरा वीर है ना। मैं पता जिन्ना जिसका नाम होंगे उसनों उस चीज़ की वैल्यू देनी पैंती है, ठीक है ना। मैं समझ रहा सारिया चीज़ों भी की कुछ चल रहा है, मैं कोई बच्चा नहीं है जान भी, मैं पता नहीं कुछ, मैं सारा कुछ सोच समझ के ही ये फैसला लिया। तो वो मैं फैसला क्यों लिया मैं थोड़ा वह भी रीज़न दसूँगा। और मैंने सारे कहने तू कांग्रेस ज्वाइन की दूजिया पार्टियां क्यों नहीं ज्वाइन की, वह भी जवाब दिना। कांग्रेस ज्वाइन करी जे मैं ना करता, एक पार्टी हैगी है जे मैं वह ज्वाइन कर लेंदा तो तुम उन्होंने कहना सो तुम बेअदबी वाले ना रले फिरते हो, बेअदबी बेअदबी ये तो बेअदबी करी है, इन्होंने गुरु ग्रंथ साहब के पन्ने पाड़े है। एक पार्टी ने होर अप्रोच कराया से उन्होंने वो जे कह रलता फिर तुम कहना सी किसानों के विरोधी है, यार इन्ने किसान मरे यार तू इन्हें रल गया फिर भी कदार। एक पार्टी होर से उन्होंने तुम आर एस एस की बी टीम कहने उन्हें रल गया फिर भी कहना वो यार फलाना आजाद खड़ गया, तो फिर तुम कहना सी यार तू आजाद लोगों वोटा लेके की करेगा, तेरे कोई सिस्टम नहीं, उत्ते तेरी गल नहीं बननी, क्यों एवं लोगों वोटा खराब कीतिया, ठीक है ना। सो ये सारिया चीज़ा ने मेरा भरा, तुम मैं दस देंगे, तुम मैं हूँ भी दस दो भी कि सही है, ठीक है ना मेरा भरा। कोई भी बंदा जे कोई स्टैप लै रहा है वो कोई बेवकूफ होकर नहीं लगा मेरा वीर, ठीक है। कंडीशन देखी मैं तीन साल हो गए इतने रह रहा, ठीक है। मैंने पहला कोई इंट्रस्ट नहीं भी की चली जाना, हूँ तक इंट्रस्ट नहीं, ठीक है। तीन साल हो गए इतने रहना, इतने हरेक तीजा बंदा जो तुम किसी सिस्टम से तरक्की करके जाते हो ना, तुम अपने पिंडों तरक्की कर दें, तुम कुछ बनते हो, इतने हरेक एक पुलिस अफसर भी यह चाहते भी यार इन्हों सू जेब च पा, ये मेरे तो स्टेज पर ही पुछ के चढ़िया करे, ठीक है। तीन सालों के मेरे तो 6 परचे हुए, 6 परचों में की गुना का सगा किसी का, कुछ भी नहीं, घर बैठे के परचे। सो एक लोग जिन्ना प्रेसर मैं देखे मैं लगता उदू जे मेरे ना जहाँ कुछ हो सकता तो दूजे लोगों कि कुछ होता होना। संतान प्राप्ति, कारोबार विच घाटा, विदेश यात्रा विच देरी, पति पत्नी विच क्लेश, पढ़ाई विच मन ना लगना, प्रेम प्यार सिरे ना चढ़ना, कोर्ट कचहरियां दे चक्करां दी परेशानी तो मुक्ति ले पहुंचो मियां बशीर खान जी कोल। एक बार फोन जरूर करो, तुहाडा एक फोन बदल सकदा तुहाडी जिंदगी। प्यार विच धोखा खान वाले प्रेमी प्रेमिका भी एक बार जरूर संपर्क करन। हुण सुपने देखना छड्डो, ए सब मुसीबतां जां ख्वाहिशां नूं पूरा करन लई चुको कदम। फोन नंबर 9876800।